ਗੁਰਜੀਤ ਕੌਰ ਇਸ ਕਰਕੇ ਇਕੱਠੇ ਹੋਏ ਸੀ ਕਿਉਂਕਿ ਸਾਨੂੰ ਕੱਲ੍ਹ ਪਤਾ ਲੱਗਾ ਸੀਗਾ ਕਿ ਇੱਥੇ ਇੱਕ ਠੇਕਾ ਖੁੱਲ੍ਹਦਾ ਪਿਆ ਸੋ ਇਹ ਰਾਤੀ ਵਿਰੋਧ ਵੀ ਕੀਤਾ ਸੀਗਾ ਸਾਰੀ ਕਲੋਨੀ ਇਕੱਠੀ ਹੋਈ ਸੀਗੀ ਵਿਰੋਧ ਕੀਤਾ ਅਤੇ ਹੁਣ ਸਵੇਰ ਨੂੰ 6 ਵਜੇ ਫਿਰ ਉਹ ਦੁਬਾਰਾ ਆਏ ਨੇ ਅਤੇ ਜਦੋਂ ਆਏ ਸਾਨੂੰ ਪਤਾ ਲੱਗਾ 6:30-7 ਵਜੇ ਫਿਰ ਕਲੋਨੀ ਦੁਬਾਰਾ ਇਕੱਠੀ ਹੋਈ ਅਸੀਂ ਪ੍ਰਸ਼ਾਸਨ ਅੱਗੇ ਹੀ ਮੰਗ ਕਰਦੇ ਹਾਂ ਔਰ ਪ੍ਰਸ਼ਾਸਨ ਆਇਆ ਵੀ ਹੈ ਮੌਕੇ 'ਤੇ ਪਹੁੰਚੇ ਨੇ ਔਰ ਆ ਕੇ ਉਹਨਾਂ ਨੇ ਇੱਥੋਂ ਤਾਲਾ ਖੋਲ੍ਹ ਕੇ ਉਹ ਸ਼ਰਾਬ ਦੀਆਂ ਜੋ ਪੇਟੀਆਂ ਸੀ 9, 10, 11 ਜਿੰਨੀਆਂ ਸੀ ਉਹ ਲੈ ਕੇ ਗਏ ਨੇ ਸਾਡੀ ਮੰਗ ਇਹੀ ਹੈ ਕਿ ਦੁਬਾਰਾ ਇੱਥੇ ਠੇਕਾ ਨਾ ਖੋਲ੍ਹਿਆ ਜਾਏ ਪੰਜਾਬੀ ਬਾਗ ਦੀ ਕਲੋਨੀ ਵਿੱਚ ਭਾਈ ਸਾਹਿਬ ਇਹ ਮੈਨੂੰ ਪਤਾ ਨਹੀਂ ਦੁਕਾਨ ਕਿਹਦੀ ਹੈ ਸਾਨੂੰ ਇਹ ਪਤਾ ਨਹੀਂ ਹੈ ਕਿਹਦੀ ਹੈ ਪਰ ਕਿਉਂਕਿ ਕਦੀ ਅਸੀਂ ਉਸ ਬੰਦੇ ਨੇ ਉੱਥੇ ਦੇਖਿਆ ਨਹੀਂ ਅਤੇ ਦੁਬਾਰਾ ਖੁੱਲ੍ਹਣੀ ਨਹੀਂ ਚਾਹੀਦੀ ਸਾਡੀ ਇਹੀ ਮੰਗ ਹੈ ਇੱਥੇ ਠੇਕਾ ਨਹੀਂ ਖੁੱਲ੍ਹਣਾ ਚਾਹੀਦਾ ਕਾਰਵਾਈ ਪੁਲਿਸ ਵਾਲੇ ਕਹਿੰਦੇ ਕੋਈ ਨਹੀਂ ਅਸੀਂ ਕਾਰਵਾਈ ਕਰ ਰਹੇ ਹਾਂ ਅਸੀਂ ਸਮਾਨ ਜ਼ਬਤ ਕਰ ਲਿਆ ਅਤੇ ਅਸੀਂ ਇਹਦੇ ਮਾਲਕ ਕੋਲ ਜਾ ਕੇ ਪੁੱਛ ਗਿੱਛ ਕਰਕੇ ਪਤਾ ਕਰਕੇ ਅਤੇ ਤੁਹਾਨੂੰ ਸਾਰੀ ਇਨਕੁਆਇਰੀ ਕਰਕੇ ਦੱਸ ਦਿੰਦੇ ਆਪਣੇ ਹਰਬੰਸ ਸਿੰਘ ਏਐਸਆਈ ਥਾਣਾ ਮਕਸੂਦਾ ਜੀ ਇੱਥੇ ਪੰਜਾਬੀ ਬਾਗ 'ਚ ਦੁਕਾਨ ਦੇ ਵਿੱਚੋਂ ਨਜਾਇਜ਼ ਸ਼ਰਾਬ ਮਿਲੀ 5-7 ਪੇਟੀਆਂ ਉਹ ਅਸੀਂ ਲੈ ਚੱਲੇ ਹਾਂ ਜਿਹੜੀ ਕਾਰਵਾਈ ਬਣਦੀ ਹੋਊਗੀ ਉਹ ਕਰ ਦੇਵੇ ਸਰ ਜਿਹੜੀ ਸ਼ਰਾਬ ਜਿੱਦਾਂ ਰਾਤੀ ਵੀ ਡਿਸਪਿਊਟ ਹੋਇਆ ਸੀ ਪਤਾ ਲੱਗਿਆ ਸ਼ਰਾਬ ਕਿਹਨਾਂ ਦੀ ਹੈਗੀ ਹੈ ਨਹੀਂ ਹਜੇ ਤੱਕ ਮੈਨੂੰ ਨਹੀਂ ਪਤਾ ਜੀ ਤਫਤੀਸ਼ ਕਰਾਂਗੇ ਸਾਰੀ ਲੱਗ ਜੂਗਾ ਪਤਾ ਵਿਰੋਧ ਕੀਤਾ ਜਾ ਰਿਹਾ ਹਾਂਜੀ ਸ਼ਰਾਬ ਨਹੀਂ ਇਹਦੇ ਬਾਰੇ ਮੈਨੂੰ ਨਹੀਂ ਜਾਣਕਾਰੀ ਹੈਗੀ ਮੈਂ ਰਾਤੀ ਨਹੀਂ ਆਇਆ ਸੰਧੂ ਬਿਲਡਿੰਗ ਮਟੀਰੀਅਲ ਵਾਲੇ ਦਾ ਨਾਮ ਦੱਸਦਾ ਪਿਆ ਕਿ ਸੰਧੂ ਨੇ ਦੁਕਾਨ ਜ਼ਬਰਦਸਤੀ ਆਪਣੀ ਸ਼ਹਿਰ ਤੇ ਖੁਲਵਾਈ ਮੈਨੂੰ ਇਸ ਗੱਲ ਦਾ ਨਹੀਂ ਪਤਾ ਹਜੇ ਕੋਈ ਨਹੀਂ ਤਫਤੀਸ਼ ਕਰਾਂਗੇ ਜਿਹੜਾ ਹੋਊਗਾ ਉਹਦੇ ਕਾਰਵਾਈ ਕਰਾਂਗੇ ਕੀ ਕਾਰਵਾਈ ਕੀਤੀ ਜਾਵੇ ਕਾਰਵਾਈ ਜਿਹੜੀ ਬਣਦੀ ਕਾਰਵਾਈ ਕਰ ਦੇਣੀ ਕਿੰਨੇ ਬੰਦੇ ਅਰੈਸਟ ਕੀਤੇ ਹਜੇ ਕੋਈ ਨਹੀਂ ਅਰੈਸਟ ਕੀਤਾ ਹਾਂ ਜਿਹੜੀ ਕਾਰਵਾਈ ਕਰ ਦਾਂਗੇ ਕਿੰਨੀਆਂ ਪੇਟੀਆਂ ਨੇ ਸ਼ਰਾਬ ਦੀਆਂ 5-6 ਪੇਟੀਆਂ ਕਿੰਨੀਆਂ 11 ਪੇਟੀਆਂ ਚਲੋ ਕੋਈ ਨਹੀਂ ਜਿਹੜੀ ਕਾਰਵਾਈ ਹੋਈ ਕਰਾਂਗੇ